ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਆਪ ਸਾਰਿਆਂ ਵੀਰਾਂ ਨੂੰ ਪਤਾ ਹੀ ਹੈ, ਪਿਛਲੇ ਕਾਫੀ ਸਮੇਂ ਤੋਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇੱਕ ਨਵੇਂ ਤਰੀਕੇ ਦੇ ਨਾਲ ਗੁਰਬਾਣੀ ਦੀ ਜਿਹੜੀ ਵਿਚਾਰ ਹੈਗੀ ਆ ਉਹ ਸੰਗਤਾਂ ਦੇ ਸਾਹਮਣੇ ਰੱਖ ਰਹੇ ਆ। ਸੰਗਤਾਂ ਨੂੰ ਜਿਹੜੀ ਗੱਲਬਾਤ ਹੈਗੀ ਆ ਉਹਨਾਂ ਦੀ ਗੁਰਬਾਣੀ ਦੇ ਅਰਥ ਕਰਨ ਦਾ ਜਿਹੜਾ ਭਾਈ ਰਣਜੀਤ ਸਿੰਘ ਹੁਣਾਂ ਦਾ ਨਜ਼ਰੀਆ ਹੈ ਉਹ ਸਾਨੂੰ ਪਸੰਦ ਵੀ ਆ ਰਿਹਾ, ਠੀਕ ਲੱਗ ਰਿਹਾ। ਉਹਨਾਂ ਦੀ ਜਿਹੜੀ ਗੱਲਬਾਤ ਆ ਉਹਦੇ ਨਾਲ ਸਾਡੇ ਸਮਾਜ ਦਾ ਵਿਕਾਸ ਹੋਣਾ, ਅਸੀਂ ਅੱਗੇ ਵਧਾਂਗੇ, ਸਾਡੇ ਨਿਆਣੇ ਪੜ੍ਹ ਲਿਖ ਜਾਣਗੇ, ਆਪਣੇ ਕੰਮਾਂ ਕਾਰਾਂ ਪ੍ਰਤੀ ਅਸੀਂ ਵਫਾਦਾਰ ਹੋਵਾਂਗੇ। ਗੁਰਬਾਣੀ ਦੇ ਜਿਹੜੇ ਇਹ ਅਰਥ ਹੈ ਅੱਜ ਇਹ ਉਹ ਡੇਰੇਦਾਰ ਲੋਕਾਂ ਨੂੰ, ਸਾਧਾਂ ਨੂੰ, ਬਾਬਿਆਂ ਨੂੰ ਪਸੰਦ ਨਹੀਂ ਆ ਰਹੇ। ਜਿਹੜੇ ਬੰਦੇ ਪੜ੍ਹਦੇ ਲਿਖਦੇ ਹੈ ਨਹੀਂ ਸੀ, ਆਪਣੀਆਂ ਨੌਕਰੀਆਂ ਲੈਣ ਵਾਸਤੇ, ਆਪਣੇ ਕੰਮ ਕਾਰ ਚਮਕਾਉਣ ਵਾਸਤੇ ਬਾਬਿਆਂ ਦੇ ਕੋਲ ਕਦੇ ਜਾ ਕੇ ਬਹਿੰਦੇ ਸੀਗੇ, ਅੱਜ ਉਹ ਆਪਣੇ ਪੈਰਾਂ 'ਤੇ ਸਟੈਂਡ ਹੋ ਰਹੇ ਆ। ਇਸ ਕਰਕੇ ਇਹਨਾਂ ਬੰਦਿਆਂ ਨੂੰ ਉਹਦੇ ਤੋਂ ਪ੍ਰੋਬਲਮ ਹੋ ਰਹੀ ਆ। ਇਹ ਬੰਦੇ ਕਹਿੰਦੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੌਮ ਦੇ ਵਿੱਚ ਦੁਫਾੜ ਪਾ ਦਿੱਤੀ, ਕੌਮ ਦੇ ਵਿੱਚ ਵਿਵਾਦ ਖੜਾ ਕਰਤਾ। ਭਾਈ ਸਾਹਿਬ ਨੇ ਕੋਈ ਕੌਮ ਦੇ ਵਿੱਚ ਵਿਵਾਦ ਨਹੀਂ ਖੜਾ ਕੀਤਾ, ਸਾਰੇ ਦੇ ਸਾਰੇ ਪਵਾੜੇ ਜਿੰਨੇ ਪਾਏ ਹੋਏ ਆ ਸਾਰੇ ਡੇਰੇਦਾਰਾਂ ਦੇ, ਸਾਰੀਆਂ ਸੰਪਰਦਾਵਾਂ ਦੇ ਪਾਏ ਹੋਏ ਆ, ਸਾਰੀਆਂ ਸੰਪਰਦਾਵਾਂ ਨੇ, ਸਾਰੇ ਡੇਰਿਆਂ ਨੇ, ਬਾਬਿਆਂ ਨੇ, ਜਿਹੜੇ ਆਪਣੇ ਆਪ ਨੂੰ ਸਿੱਖ ਖਵਾਉਂਦੇ ਸੀ। ਆਪਣੇ ਆਪ ਨੂੰ ਕਿਉਂ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਥੱਲੇ ਲੈ ਕੇ ਆਉਂਦਾ? ਕਿਹੜੇ ਡੇਰੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਾਗੂ ਹੈ? ਜਦੋਂ ਭਾਈ ਰਣਜੀਤ ਸਿੰਘ ਦੀ ਗੱਲ ਫਿੱਟਣੀ ਬਹਿੰਦੀ ਸਾਰੇ ਦੇ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਨਤਾਵਾਂ ਦੱਸਣ ਲੱਗ ਗਏ। ਜਿੰਨੇ ਬੰਦੇ ਅੱਜ ਭਾਈ ਰਣਜੀਤ ਸਿੰਘ ਦਾ ਵਿਰੋਧ ਕਰ ਰਹੇ ਆ ਵੀ ਅਕਾਲ ਤਖਤ 'ਤੇ ਪੇਸ਼ ਨਹੀਂ ਹੋਇਆ, ਕੀ ਉਹ ਆਪ ਅਕਾਲ ਤਖਤ ਦੀ ਮਰਿਆਦਾ ਮੰਨਦੇ ਆ? ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਜਥੇਦਾਰ ਆਪ ਜਾਂਦਾ ਅਕਾਲ ਤਖਤ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਾਗੂ ਹੈਗੀ ਆ? ਇਹ ਤਾਂ ਦੇਖਣਾ ਪੈਣਾ ਨਾ ਸਾਨੂੰ। ਅੱਜ ਸਾਨੂੰ ਗੱਲ ਕਹੀ ਜਾਂਦੀ ਹੈ ਭਾਈ ਰਣਜੀਤ ਸਿੰਘ ਨੇ ਇਤਿਹਾਸ ਦਾ ਜਿਹੜਾ ਮੁੱਦਾ ਹੈਗਾ ਉਹਨੂੰ ਸਟੇਜ ਦੇ ਉੱਤੇ ਕਿਉਂ ਛੇੜਿਆ? ਫਿੱਟ ਲਾਂਟ ਤੁਹਾਡੇ 'ਤੇ, ਚਾਹੇ ਬਲਜੀਤ ਸਿੰਘ ਦਾਦੂਵਾਲ ਆ, ਚਾਹੇ ਗੋਗੋਵਾਣੀ ਆ, ਚਾਹੇ ਅਮਰੀਕ ਸਿੰਘ ਅਜਨਾਲਾ ਹੈ, ਜਿੰਦ ਬੜਾਲੀ ਹੈ, ਜਿੰਨੇ ਵੀ ਬੰਦੇ ਆ ਜਿਹੜੇ ਪ੍ਰਚਾਰਕ ਹੈ, ਜੋ ਵੀ ਬੋਲ ਰਹੇ ਆ ਉਸ ਪਾਸੇ ਭਾਈ ਰਣਜੀਤ ਸਿੰਘ ਦਾ ਵਿਰੋਧ ਕਰ ਰਹੇ ਆ, ਫਿੱਟ ਲਾਂਟ ਤੁਹਾਡੇ 'ਤੇ, ਤੁਹਾਡੇ ਵਿਦਵਾਨਾਂ 'ਤੇ, ਤੁਹਾਡੀਆਂ ਜਥੇਬੰਦੀਆਂ 'ਤੇ, ਤੁਹਾਡੇ ਸਿਸਟਮ 'ਤੇ, ਜੇ ਤੁਸੀਂ ਇਤਿਹਾਸ ਦੀਆਂ ਉਹ ਖਾਮੀਆਂ ਨਹੀਂ ਦੂਰ ਕਰ ਸਕੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। 3-4 ਸਾਲ ਪਹਿਲਾਂ ਹੁਣ ਜਾ ਕੇ ਭਾਈ ਰਣਜੀਤ ਸਿੰਘ ਹਣਾ ਨੇ ਉਹ ਜਿਹੜੀਆਂ ਗੱਲਾਂ ਹੈਗੀਆਂ ਲੋਕਾਂ ਦੇ ਸਾਹਮਣੇ ਰੱਖੀਆਂ, ਤੁਸੀਂ ਤਾਂ ਲੋਕਾਂ ਦੇ ਸਾਹਮਣੇ ਵੀ ਨਹੀਂ ਰੱਖੀਆਂ। ਸ਼੍ਰੀ ਅਕਾਲ ਤਖਤ ਸਾਹਿਬ ਦਾ ਪਿਛਲਾ ਜਿੰਨਾ ਵੀ ਸਮਾਂ ਬੀਤਿਆ, ਦਮਦਮੀ ਟਕਸਾਲ ਦਾ ਬੀਤਿਆ, ਜਿੰਨੀਆਂ ਸੰਪਰਦਾਵਾਂ ਦਾ ਬੀਤਿਆ, ਕਿਸੇ ਨੂੰ ਸ਼ਰਮ ਨਾ ਆਈ ਵੀ ਅਸੀਂ ਸੂਰਜ ਪ੍ਰਕਾਸ਼ ਦੇ ਵਿੱਚ ਲਿਖੇ ਹੋਏ ਗੰਦ ਨੂੰ ਸਾਫ਼ ਕਰੀਏ, ਲੋਕਾਂ ਦੇ ਸਾਹਮਣੇ ਠੀਕ ਬਣਾ ਕੇ ਅਸੀਂ ਉਹਨੂੰ ਪੇਸ਼ ਕਰ ਦਈਏ? ਇਹ ਕੰਮ ਤੁਹਾਡੇ ਕਰਨ ਵਾਲੇ ਸੀ, ਤੁਸੀਂ ਕਰਕੇ ਰੱਖਣੇ ਸੀ ਪਹਿਲਾਂ। ਜੇ ਅੱਜ ਸਵਾਲ ਹੋ ਰਹੇ ਆ, ਅੱਜ ਤੁਸੀਂ ਕਹਿ ਰਹੇ ਹੋ ਨਹੀਂ ਜੀ ਇਹ ਪੰਥ ਦੇ ਵਿੱਚ ਦੁਫਾੜ ਪੈ ਰਹੀ ਹੈ, ਪੰਥ 'ਚ ਦੁਫਾੜ ਨਹੀਂ ਪੈ ਰਹੀ, ਤੁਸੀਂ 4 ਬੰਦੇ ਪੰਥ ਨਹੀਂ ਹੈਗੇ, ਆਪਣੇ ਆਪ ਨੂੰ ਪੰਥ ਕਹਿਣਾ ਬੰਦ ਕਹੋ, ਅਸੀਂ ਨਹੀਂ ਮੰਨਦੇ ਤੁਹਾਨੂੰ ਪੰਥ। ਬਲਜੀਤ ਸਿੰਘ ਦਾਦੂਵਾਲ ਕਿਵੇਂ ਹੋ ਗਿਆ ਪੰਥ? ਗੋਗੋਵਾਣੀ ਕਿਵੇਂ ਹੋ ਗਿਆ ਪੰਥ? ਜਿਹਦਾ ਜੀ ਕਰਿਆ ਉਹੀ ਪੰਥ ਬਣ ਜਾਂਦਾ। ਅਕਾਲ ਤਖਤ ਸਾਹਿਬ ਦੀ ਮਰਿਆਦਾ ਭਾਈ ਰਣਜੀਤ ਸਿੰਘ ਦੇ ਗੁਰਦੁਆਰੇ ਦੇ ਵਿੱਚ ਲਾਗੂ ਹੈ, ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਉੱਤੇ ਪੇਸ਼ ਹੋਣ ਦੀ ਵੀ ਗੱਲ ਕੀਤੀ ਜਾਂਦੀ ਹੈ, ਚਿੱਠੀ 'ਤੇ ਚਿੱਠੀ ਆ ਰਹੀ ਹੈ, ਸਪਸ਼ਟੀਕਰਨ ਮੰਗੇ ਜਾ ਰਹੇ ਹੈ। ਇਸੇ ਅਕਾਲ ਤਖਤ ਨੇ ਗੁਰਵਚਨ ਸਿੰਘ ਜਥੇਦਾਰ ਤੋਂ ਸਪਸ਼ਟੀਕਰਨ ਮੰਗਿਆ ਇਸ ਗੱਲ ਦਾ ਵੀ ਸਰਸੇ ਵਾਲੇ ਸਾਧ ਨੂੰ ਮਾਫ਼ੀ ਕਿਉਂ ਦਿੱਤੀ ਗਈ ਸੀ, ਉਹਦੇ ਖਿਲਾਫ਼ ਬਣੀ ਕੋਈ ਕਮੇਟੀ, ਬਣਾ ਕੇ ਹੋ ਗਈਆਂ ਜਾਂਚਾਂ ਪੂਰੀਆਂ? ਜਿੱਥੇ ਕੰਮ ਕਰਨ ਵਾਲੇ ਆ ਜੇ ਪਹਿਲਾਂ ਤੁਸੀਂ ਚੱਜ ਨਾਲ ਕੀਤੇ ਹੁੰਦੇ, ਅੱਜ ਕੋਈ ਨਾ ਕੋਈ ਤੁਹਾਡੀ ਗੱਲ ਸੁਣਦਾ। ਅੱਜ ਤੁਹਾਡੇ ਲਈ ਪ੍ਰੋਬਲਮ ਇਹ ਆ, ਵੱਡੀ ਗਿਣਤੀ ਭਾਈ ਰਣਜੀਤ ਸਿੰਘ ਦੇ ਹੱਕ ਦੇ ਵਿੱਚ ਖੜੀ ਹੈ, ਤੁਹਾਡੀ ਗੱਲ ਨਹੀਂ ਸੁਣ ਰਿਹਾ ਕੋਈ। ਮੈਂ ਗੋਗੋਵਾਣੀ ਦੀ ਵੀਡੀਓ ਦੇਖਦਾ ਸੀਗਾ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਕਹਿੰਦਾ ਇਹਨਾਂ ਦੇ ਢੱਡਰੀਆਂ ਵਾਲਿਆਂ ਦੇ ਜਿਹੜੇ ਸਵਾਲ ਹੈ, ਕਹਿੰਦਾ ਹਾਸੋਹੀਣੇ ਜਿਹੇ ਆ, ਮੁੱਦੇ ਹੀ ਨਹੀਂ ਹੈਗੇ, ਕਹਿੰਦਾ ਬੇਤੁੱਕੇ ਮੁੱਦੇ ਆ। ਭਾਈ ਹਰਿੰਦਰ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਸਮੇਂ 'ਤੇ ਜੇ ਖਦਸ਼ਾ ਜ਼ਾਹਰ ਕੀਤਾ ਸੀ, ਕਹਿੰਦਾ ਨਹੀਂ ਐਵੇਂ ਹੀ ਕੀਤਾ। ਜੇ ਇਹ ਬੇਲੋੜੇ ਬੇਤੁੱਕੇ ਮੁੱਦੇ ਆ ਤਾਂ ਗੋਗੋਵਾਣੀ ਦੱਸੇ ਤੂੰ ਕਿਸੇ ਤੁੱਕ ਦੇ ਮੁੱਦੇ 'ਤੇ ਜਾ ਕੇ ਕੰਮ ਕਰਨਾ। ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਸੀ ਗੁਰਬਚਨ ਸਿੰਘ ਨੇ, ਜਾ ਕਮੇਟੀ ਬਣਾ ਕੇ ਜਥੇਦਾਰ ਨੂੰ ਕਹਿ ਜਾ ਕੇ ਕਰੋ ਗੱਲ ਗੁਰਬਚਨ ਸਿੰਘ ਦੇ ਨਾਲ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਰਾਬਰ ਸਰਬੱਤ ਖਾਲਸਾ ਹੋ ਕੇ ਦੂਜੇ ਜਥੇਦਾਰ ਚੁਣੇ ਗਏ। ਕਿਹੜਾ ਜਥੇਦਾਰ ਹੈ? ਹਰਪ੍ਰੀਤ ਸਿੰਘ ਜਥੇਦਾਰ ਹੈ, ਅਮਰੀਕ ਸਿੰਘ ਅਜਨਾਲਾ ਜਥੇਦਾਰ ਹੈ, ਕਿ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਹੈ?
ਕੌਮ ਨੂੰ ਗੁੰਮਰਾਹ ਤੁਸੀਂ ਕਰੋ, ਲੋਕਾਂ ਨੂੰ ਗੁੰਮਰਾਹ ਤੁਸੀਂ ਕਰੋ, ਭਾਂਡਾ ਭੰਨੋ, ਭਾਈ ਰਣਜੀਤ ਸਿੰਘ ਦੇ ਸਿਰ ਕਿੰਨਾ ਕੁ ਚਿਰ ਚੱਲੂਗਾ ਇਹ? ਸਾਨੂੰ ਮੂਰਖ ਸਮਝਿਆ, ਅੱਜ ਤੱਕ ਬੋਲੇ ਨਹੀਂ, ਚੁੱਪ ਕਰਕੇ ਡੁੰਨ ਵੱਟੇ ਬਣ ਕੇ ਸੁਣੀ ਗਈ, ਸਾਡੀ ਗਲਤੀ ਸੀ, ਸਾਡੀ ਕਮੀ ਸੀ ਇਹ। ਪਰ ਨਹੀਂ ਭਾਈ, ਇਹ ਧੱਕਾ ਹੁਣ ਨਹੀਂ ਚੱਲਣਾ। ਭਾਈ ਰਣਜੀਤ ਸਿੰਘ ਦੇ ਨਾਲ ਖੜ੍ਹੇ ਹੈ, ਜਿੰਨੀ ਗੱਲਬਾਤ ਉਹਨਾਂ ਨੇ ਕੀਤੀ ਹੈ, ਗੁਰਬਾਣੀ ਦੇ ਅਰਥ ਨਵੇਂ ਤਰੀਕੇ ਨਾਲ ਕੀਤੇ ਹੈ, ਸਾਨੂੰ ਠੀਕ ਲੱਗਦੇ, ਅਸੀਂ ਮੰਨਾਂਗੇ। ਤੁਸੀਂ ਕਹਿੰਦੇ ਹੋ ਵੀ ਭਾਈ ਰਣਜੀਤ ਸਿੰਘ ਕਿਸੇ ਵਿਦਵਾਨ ਨੂੰ ਨਹੀਂ ਮੰਨਦਾ, ਨਹੀਂ ਮੰਨਦੇ ਅਸੀਂ ਕਿਸੇ ਵਿਦਵਾਨ ਨੂੰ। ਕਿਉਂ ਮੰਨੀਏ ਤੁਹਾਡੇ ਵਿਦਵਾਨ ਜਿਨ੍ਹਾਂ ਤੋਂ ਸੂਰਜ ਪ੍ਰਕਾਸ਼ ਨਹੀਂ ਠੀਕ ਹੋਇਆ ਤੁਹਾਡੇ ਤੋਂ? ਇਹ ਗੱਲ ਤਾਂ ਸੂਰਜ ਪ੍ਰਕਾਸ਼ ਦੀ ਹੋਣੀ ਛਿੜੀ ਹੈ ਨਾ, ਕਿੱਥੇ ਸੀ ਤੁਹਾਡੇ ਵਿਦਵਾਨ, ਕਰਦੇ ਕੀ ਸੀਗੇ? ਸੂਰਜ ਪ੍ਰਕਾਸ਼ ਵਰਗੇ ਗ੍ਰੰਥ, ਜਨਮ ਸਾਖੀਆਂ ਸਾਡੇ ਸਿਰ 'ਤੇ ਮੜੀਆਂ ਗਈਆਂ, ਰੱਖੀਆਂ ਗਈਆਂ, ਕੀ ਕੀਤਾ ਤੁਹਾਡੇ ਵਿਦਵਾਨਾਂ ਨੇ? ਜਨਮ ਸਾਖੀਆਂ ਦੇ ਲੱਥੇ ਕੀਤੇ ਵੀਰ ਸਿੰਘ ਵਰਗਿਆਂ ਨੇ ਕੀ ਕਰਤਾ ਉਹਦੇ ਵਿੱਚ? ਬਾਬਰ ਦਾ ਹਮਲਾ ਕਿਉਂ ਹੋਇਆ ਸੀਗਾ? ਬਾਬਰ ਦਾ ਹਮਲਾ ਹੋਇਆ ਸੀ ਲੋਕਾਂ ਦੇ ਉੱਤੇ, ਗੁਰੂ ਨਾਨਕ ਪਾਤਸ਼ਾਹ ਨੇ ਗੁੱਸੇ 'ਚ ਆ ਕੇ ਸ਼ਰਾਬ ਦੇ ਦਿੱਤਾ ਸੀ। ਇਹ ਲਿਖਦੇ ਆ ਤੁਹਾਡੇ ਵਿਦਵਾਨ, ਇਹ ਸ਼ਾਨ ਬਣਾਉਂਦੇ ਆ ਗੁਰੂ ਨਾਨਕ ਪਾਤਸ਼ਾਹ ਦੀ। ਗੁਰੂ ਗੋਬਿੰਦ ਸਿੰਘ ਫੀਮ ਖਾਂਦੇ ਸੀ, ਇਹ ਹੈ ਵਿਦਵਤਾ ਤੁਹਾਡੀ? ਬਚਿੱਤਰ ਸਿੰਘ ਨੇ ਨਾਗਣੀ ਮਾਰੀ ਸੀ ਹਾਥੀ ਦੇ, ਫੀਮ ਖਾ ਕੇ ਮਾਰੀ ਸੀ ਗੁਰੂ ਗੋਬਿੰਦ ਸਿੰਘ ਵਾਲੀ ਡੱਬੀ 'ਚੋਂ, ਨਾਗਣੀ ਅੱਖ 'ਚ ਮਾਰੀ ਕਿ ਤਵੇ ਪਾੜ ਕੇ, ਕੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਇਹਦਾ ਜਵਾਬ ਦਿਓ ਵੀ ਬਚਿੱਤਰ ਸਿੰਘ ਨੇ ਅਫੀਮ ਗੁਰੂ ਗੋਬਿੰਦ ਸਿੰਘ ਵਾਲੀ ਡੱਬੀ 'ਚੋਂ ਖਾ ਕੇ ਫੇਰ ਕੁਛ ਕੀਤਾ ਸੀ ਜਾ ਕੇ? ਕੀ ਸਾਬਤ ਕਰਨਾ ਚਾਹੁੰਦੇ ਹਾਂ ਤੁਸੀਂ? ਕਿਉਂ ਮੰਨੀਏ ਅਖੌਤੀ ਤੁਹਾਡੀਆਂ ਅਖੌਤੀ ਗੱਲਾਂ ਨੂੰ, ਤੁਹਾਡੇ ਅਖੌਤੀ ਵਿਦਵਾਨਾਂ ਨੂੰ? ਕੀ ਲੋੜ ਹੈ ਸਾਨੂੰ? ਜਿਹੜੇ ਸਵਾਲ ਤੁਹਾਡੇ 'ਤੇ ਉੱਠੇ, ਇਹਨਾਂ ਸਵਾਲਾਂ ਦੇ ਜਵਾਬ ਦਿਓ। ਇਹ ਨਾ ਪਿੱਟ ਸਿਆਪਾ ਕਰੋ, ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ, ਹਰ ਇੱਕ ਨੂੰ ਬੋਲਣ ਦਾ ਹੱਕ ਹੈ, ਸਾਨੂੰ ਸੁਣਨ ਦਾ ਹੱਕ ਹੈ, ਅਸੀਂ ਕਿਹਨੂੰ ਸੁਣਨਾ ਚਾਹੁੰਦੇ ਹਾਂ? ਤੁਸੀਂ ਦੱਸੋਗੇ ਸਾਨੂੰ ਆ ਕੇ ਵੀ ਤੁਸੀਂ ਰਣਜੀਤ ਸਿੰਘ ਨਹੀਂ ਸੁਣਨਾ, ਤੁਸੀਂ ਬੰਤਾ ਸਿੰਘ ਨੂੰ ਸੁਣਨਾ, ਤੁਸੀਂ ਸਰਬਜੀਤ ਸਿੰਘ ਧੁੰਦੇ ਨੂੰ ਸੁਣਨਾ, ਤੁਹਾਡੇ ਆਖੇ 'ਤੇ ਸੁਣਾਂਗੇ ਅਸੀਂ ਕਿਹਨੂੰ ਸੁਣਨਾ? ਅਸੀਂ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਸੁਣਨਾ ਚਾਹਵਾਂਗੇ ਸੁਣਾਂਗੇ, ਸਾਡਾ ਵੀ ਹੱਕ ਹੈ, ਕੋਈ ਸਾਡਾ ਵੀ ਰਾਈਟ ਹੈ, ਸਾਰੇ ਫੈਸਲੇ ਤੁਸੀਂ ਅੱਗੇ ਲਾ ਕੇ ਨਹੀਂ ਕਰੀ ਜਾਓਗੇ। ਇਸ ਕਰਕੇ ਜਿਹੜੇ ਸਵਾਲ ਹੋਏ ਹੈ, ਉਹਨਾਂ ਸਵਾਲਾਂ ਦੇ ਜਵਾਬ ਹੈ ਤਾਂ ਜਵਾਬ ਦਿਓ। ਸਾਨੂੰ ਭਾਈ ਰਣਜੀਤ ਸਿੰਘ ਦੀ ਵਿਚਾਰਧਾਰਾ, ਉਹਨਾਂ ਦੀ ਗੱਲਬਾਤ ਪਸੰਦ ਹੈ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਆਪਣਾ ਇਤਿਹਾਸ ਸਾਂਭੋ, ਇਤਿਹਾਸ ਤੋਂ ਬਿਨਾਂ ਸਾਡਾ ਸਰਦਾ ਹੈ। 10 ਪਾਤਸ਼ਾਹੀਆਂ ਸਾਡੇ ਕੋਲ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹੀਆਂ ਸਾਡੇ ਕੋਲ ਹੈ, ਅਸੀਂ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈਗੇ ਆ, ਵਿਚਾਰ ਕਰਨੀ ਹੋਊਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਰਾਂਗੇ। 10 ਪਾਤਸ਼ਾਹੀਆਂ ਦੀ ਹੋਂਦ ਨੂੰ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਦੀ ਲੋੜ ਨਹੀਂ ਹੈਗੀ, ਤੁਹਾਡੀਆਂ ਜਨਮ ਸਾਖੀਆਂ ਦੀ ਲੋੜ ਨਹੀਂ ਹੈਗੀ, ਸਿਰਫ ਇਸ ਵਾਸਤੇ ਵੀ 10 ਪਾਤਸ਼ਾਹੀਆਂ ਤੁਹਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਹੀ ਸਾਬਤ ਹੁੰਦੀਆਂ। 6ਵੇਂ ਪਾਤਸ਼ਾਹ, 7ਵੇਂ, 8ਵੇਂ ਪਾਤਸ਼ਾਹ, ਉਹਨਾਂ ਦੀ ਬਾਣੀ ਹੈ ਨਹੀਂ ਜੀ, ਫਿਰ ਤੁਸੀਂ ਸਾਬਤ ਕਿੱਥੋਂ ਕਰੋਗੇ? ਬਾਣੀ ਹੈ ਨਹੀਂ ਤਾਂ ਉਹਨਾਂ ਦੀ ਮੌਜੂਦਗੀ ਖਤਮ ਹੋ ਜਾਣੀ, ਵਜੂਦ ਖਤਮ ਹੋ ਜਾਣਾ ਪਾਤਸ਼ਾਹ ਦਾ। ਅਤੇ ਤੁਹਾਡੇ ਜਿਹੜੇ ਗ੍ਰੰਥ, ਧਰਮ ਜਿਹੜੇ ਆ, ਇਤਿਹਾਸ ਦੇ ਗ੍ਰੰਥ ਹੈਗੇ ਆ, ਇਹ ਵਜੂਦ ਬਣਾਉਂਦੇ ਆ ਗੁਰੂ ਪਾਤਸ਼ਾਹ ਦਾ। 8-8 ਵਿਆਹ ਗੁਰੂ ਪਾਤਸ਼ਾਹ ਦੇ, ਫੀਮ ਖਾਂਦੇ ਗੁਰੂ ਸਾਹਿਬ ਦਿਖਾਏ ਹੋਏ ਆ। ਇੱਜ਼ਤ ਬਣਾਉਂਦੇ ਨਹੀਂ ਤੁਹਾਡੇ ਗ੍ਰੰਥ ਗੁਰੂ ਸਾਹਿਬ ਦੀ, ਗੁਰੂ ਪਾਤਸ਼ਾਹਾਂ ਦੀ ਇੱਜ਼ਤ ਘਟਾਉਂਦੇ ਆ। ਇਹ ਗੱਲਾਂ ਆਮ ਲੋਕਾਂ ਦੇ ਸਮਝ ਵਿੱਚ ਆ ਰਹੀਆਂ, ਇਸ ਕਰਕੇ ਸਬਰ ਰੱਖੋ। ਜੇ ਕੋਈ ਗੱਲ ਕਰਨੀ ਹੈ, ਆਪਣੀਆਂ ਵੀਡੀਓ ਪਾਓ, ਧਮਕੀਆਂ ਨਾ ਦਿਓ, ਇਹ ਧਮਕੀਆਂ ਨਹੀਂ ਚੱਲਣੀਆਂ। ਆਪਣੀ ਗੱਲਬਾਤ ਰੱਖੋ ਲੋਕਾਂ ਦੇ ਸਾਹਮਣੇ, ਤੁਹਾਡੀ ਗੱਲ ਜੇ ਕਿਸੇ ਨੇ ਸੁਣਨੀ ਹੋਊਗੀ ਸੁਣਦਾ ਰਹੂਗਾ। ਅਸੀਂ ਤਾਂ ਭਾਈ ਰਣਜੀਤ ਸਿੰਘ ਦੀ ਗੱਲ ਸੁਣਾਂਗੇ, ਸਾਡਾ ਜੀ ਕਰਦਾ ਉਹਨਾਂ ਦੀ ਗੱਲ ਸੁਣਨ ਨੂੰ, ਉਹਨਾਂ ਦੇ ਨਾਲ ਖੜ੍ਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।